ਦੇਸ਼ ਅਤੇ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ ਪਰ ਇਸ ਮੁਸ਼ਕਲ ਦੀ ਘੜੀ ਵਿੱਚ ਕੁਝ ਲੋਕਾਂ ਨੇ ਇਨਸਾਨੀਅਤ ਵੀ ਸਾਹਮਣੇ ਆਈ ਹੈ ਅਜਿਹਾ ਹੀ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਹੈ ਦੁਬਈ ਵਿੱਚ ਰਹਿਣ ਵਾਲੇ ਤਿਲਨਗਾਨਾ ਦੇ ਇੱਕ ਗਰੀਬ ਆਦਮੀ ਨੂੰ ਤਕਰੀਬਨ 3 ਮਹੀਨੇ ਪਹਿਲਾਂ ਕਰੋਨਾ ਹੋ ਗਿਆ ਸੀ ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਦੁਬਈ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਛੁੱਟੀ ਵੇਲੇ ਉਸ ਕੋਲ ਇਲਾਜ ਦਾ ਖਰਚਾ ਦੇਣ ਲਈ ਇੱਕ ਵੀ ਪੈਸਾ ਨਹੀਂ ਸੀ ਬਚਿਆ ਤੇ ਅਜਿਹੀ ਸਥਿਤੀ ਵਿੱਚ ਹਸਪਤਾਲ ਨੇ ਉਸ ਦੀ 1.52 ਕਰੋੜ ਰੁਪਏ ਦੀ ਫੀਸ ਮਾਫ ਕਰ ਦਿੱਤੀ ਸੀ ਸਿਰਫ ਇਹੀ ਨਹੀਂ ਉਸ ਨੂੰ ਟਿਕਟ ਦੇ ਕੇ ਭਾਰਤ ਵੀ ਭੇਜਿਆ ਗਿਆ ਅਤੇ 10000 ਰੁਪਏ ਵੀ ਦਿੱਤੇ ਗਏ